ਜਦੋਂ ਤੁਸੀਂ ਸਹੁੰ ਚੱਕ ਸਮਾਗਮ ਹੋਣਾ ਪਾਰਲੀਮੈਂਟ ਮੈਂਬਰਾਂ ਦਾ, ਤੇ ਉਦੋਂ ਉਹਦੇ ਵਿੱਚ ਜਿਹੜੀ ਉਹ ਸਰਮਣੀ ਜਿਹੜੀ ਓਥ ਲੈਣੀ, ਉਦੋਂ ਉਹਨਾਂ ਸਾਰਿਆਂ ਦਾ ਡੋਗ ਟੈਸਟ ਹੋਵੇ। ਮੈਂਬਰ ਪਾਰਲੀਮੈਂਟ ਇਹ ਨਸ਼ਾ ਕਰਦਾ, ਉਹਨੂੰ ਮੈਂ ਇਹ ਨਹੀਂ ਕਹਿੰਦਾ ਮੈਂਬਰਸ਼ਿਪ ਰੱਦ ਹੋਵੇ, ਕਿਉਂਕਿ ਇਲੈਕਸ਼ਨਾਂ 'ਤੇ ਬਹੁਤ ਖਰਚਾ ਹੁੰਦਾ। ਮੈਂ ਕਹਿੰਦਾ ਕਿ ਉਹਨੂੰ ਇੱਕ ਵੱਡਾ ਸਾਰਾ ਘਰ ਲੈ ਕੇ, ਜਿਵੇਂ ਬਿਗ ਬੌਸ ਦੇ ਵਿੱਚ ਵੱਡਾ ਘਰ ਹੁੰਦਾ, ਉਹੋ ਜਿਹਾ ਇੱਕ ਘਰ ਲੈ ਕੇ ਉਹਦੇ 'ਚ ਰੱਖਿਆ ਜਾਵੇ, ਵਰਲਡ 'ਚ ਉਹਨੂੰ ਲਾਈਵ ਆਉਂਦਾ ਵਿਖਾਇਆ ਜਾਵੇ। ਭਾਜਪਾ ਦਾ ਇੱਕ ਹੋਰ ਬਿਆਨ ਹੈਗਾ, ਕਹਿੰਦੇ ਕਿ 2027 ਦੇ ਵਿੱਚ ਪੰਜਾਬ ਦੀ ਸੱਤਾ ਦੇ ਵਿੱਚ ਭਾਜਪਾ ਹੋਊਗੀ, ਔਰ ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਹੈਗਾ ਕਿ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਰਮਨੀਤ ਬਿੱਟੂ ਜਿਹੜੇ ਹੈਗੇ ਨੇ ਲੁਧਿਆਣਾ ਤੋਂ ਕੈਂਡੀਡੇਟ ਭਾਜਪਾ ਦੇ, ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸੀਗੇ ਕਿ ਉਹਨਾਂ ਨੂੰ ਕਦੀ ਵੀ ਬਖਸ਼ਾਂਗੇ। ਗੱਲ ਇਹ ਹੈ ਕਿ ਰਵਨੀਤ ਬਿੱਟੂ ਨੂੰ ਜਿਤਾਉਣ ਲਈ ਐਡੀ ਚੋਟੀ ਦਾ ਜ਼ੋਰ ਲਾ ਰਹੇ ਆ, ਪਰ ਰਵਨੀਤ ਬਿੱਟੂ ਅੱਜ ਉੱਥੇ ਤੀਜੇ ਨੰਬਰ ਤੇ ਜਾ ਰਿਹਾ। ਮੇਰੇ ਨਾਲ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਮੌਜੂਦ ਨੇ। ਪਹਿਲਾਂ ਤਾਂ ਜ਼ੀਰਾ ਜੀ, ਕਿੱਦਾਂ ਦਾ ਰਿਹਾ ਅੱਜ ਦਾ ਰੋਡ ਸ਼ੋਅ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਾਬਾ ਬਕਾਲਾ ਸਾਹਿਬ ਵਿਖੇ ਰੋਡ ਸ਼ੋਅ ਜਿਹੜਾ ਸਰਦਾਰ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਦੇ ਵਿੱਚ ਕੱਢਿਆ ਗਿਆ, ਔਰ ਭਾਰੀ ਉਤਸ਼ਾਹ ਜਿਹੜਾ ਨੌਜਵਾਨਾਂ ਦੇ ਵਿੱਚ, ਦੁਕਾਨਦਾਰਾਂ ਦੇ ਵਿੱਚ, ਔਰ ਕਿਸਾਨ ਭਰਾਵਾਂ ਅਤੇ ਮਜ਼ਦੂਰਾਂ ਦੇ ਵਿੱਚ ਵੇਖਣ ਨੂੰ ਮਿਲਿਆ। ਔਰ ਇਹ ਜਿਹੜਾ ਰੋਡ ਸ਼ੋਅ ਸੀ ਉਹ ਬੇਕਮਾਲ ਸੀਗਾ, ਔਰ ਹਰੇਕ ਬੰਦਾ ਜਿਹੜਾ ਜਦੋਂ ਵੀ ਅਸੀਂ ਲੰਘਦੇ ਸੀ, ਉਹ ਦਿਲ ਤੋਂ ਜਿਹੜਾ ਹੈ ਕਿ ਜਿਵੇਂ ਪਤਾ ਲੱਗ ਜਾਂਦਾ ਹੈ ਕਿ ਇਹ ਵੋਟ ਪੈਣੀ ਹੈ ਜਾਂ ਨਹੀਂ ਪੈਣੀ, ਹਰੇਕ ਬੰਦਾ ਦਿਲ ਤੋਂ ਮਾਣ 'ਚ ਸਤਿਕਾਰ ਕਰ ਰਿਹਾ ਸੀ, ਔਰ ਲੋਕਾਂ ਨੂੰ ਇੱਕ ਚਾਅ ਸੀਗਾ ਕਿ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਉਹ ਰੋਡ ਸ਼ੋਅ ਆ, ਔਰ ਲੋਕ ਸੜਕਾਂ 'ਤੇ ਆਣ ਕੇ ਜਿਹੜਾ ਕਿ ਉਹ ਸਵਾਗਤ ਕਰ ਰਹੇ ਸੀ, ਔਰ ਬਹੁਤ ਵਧੀਆ ਜਿਹੜਾ ਕਿ ਇਹਦੇ ਨਤੀਜੇ ਬਹੁਤ ਵਧੀਆ ਆਉਣਗੇ। ਜਿਹੜਾ ਸਾਹਿਬ ਦਾਅਵੇ ਜਾਂ ਫਿਰ ਕਹਿ ਦਈਏ ਕਿ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਲੋਕਾਂ ਦੇ ਨਾਲ ਬਹੁਤ ਤਰ੍ਹਾਂ ਦੇ ਕੀਤੇ ਜਾ ਰਹੇ ਨੇ, ਅੱਜ ਦੀ ਵੀ ਜੇਕਰ ਗੱਲ ਕਰੀਏ ਤਾਂ ਜਿੱਦਾਂ 15 ਲੱਖ ਦੇ ਤੁਸੀਂ ਭਾਜਪਾ ਦੇ ਦਾਅਵਿਆਂ ਦੀ ਗੱਲ ਕਰਦੇ ਸੀਗੇ, ਅੱਜ ਤੁਹਾਡੇ ਵੱਲੋਂ ਵੀ ਇੱਥੇ ਕੁਛ ਇੱਕ ਵਾਅਦੇ ਜਿਹੜੇ ਹੈਗੇ ਅਸੀਂ ਦੇਖਿਆ ਕਿ ਲੋਕਾਂ ਦੇ ਨਾਲ ਕੀਤੇ ਜਾ ਰਹੇ ਹੈਗੇ, ਕੀ ਲੱਗਦਾ ਹੈਗਾ ਕਿ ਕਿੰਨੇ ਕੁ ਰਿਐਲਿਟੀ ਦੇ ਵਿੱਚ ਤਬਦੀਲ ਹੋਣਗੇ? ਪਹਿਲਾਂ ਵੀ ਕਾਂਗਰਸ ਦੀ ਸਰਕਾਰ ਰਹੀ, ਕਈ ਤਰ੍ਹਾਂ ਦੇ ਵਾਅਦੇ ਸੀਗੇ ਜਿਹੜੇ ਸਰਕਾਰ ਵੱਲੋਂ ਸੱਤਾ ਦੇ ਵਿੱਚ ਆਉਣ ਦੇ ਲਈ ਕੀਤੇ ਗਏ, ਲੇਕਿਨ ਆਉਣ ਤੋਂ ਬਾਅਦ ਕਈ ਵਾਅਦੇ ਜਿਹੜੇ ਉਹ ਪੂਰੇ ਨਹੀਂ ਕੀਤੇ ਗਏ, ਤਾਂ ਹੁਣ ਜ਼ੀਰਾ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਨਾਲ ਵਾਅਦੇ ਕਰ ਰਹੇ ਨੇ, ਜੇਕਰ ਜਿੱਤਦੇ ਨੇ ਤੇ ਉਹ ਵਾਅਦੇ ਕੀ ਗਰੰਟੀ ਹੈਗੀ ਆ ਪੂਰੇ ਹੋਣਗੇ? ਗੱਲ ਇਹ ਹੈ ਕਿ ਜਿਹੜੇ ਹਿਸਾਬ ਨਾਲ ਉਤਸ਼ਾਹ ਹੈ, ਜਿੱਤ ਪੱਕੀ ਹੈ, ਔਰ ਜਿਹੜੇ ਵਾਅਦੇ ਇਹਨਾਂ ਨੇ ਪੂਰੇ ਨਹੀਂ ਸੀ ਕੀਤੇ ਕੈਪਟਨ ਸਾਹਿਬ ਨੇ, ਚਾਹੇ ਨਸ਼ੇ ਦੇ ਮੁੱਦੇ ਦੀ ਗੱਲ ਕਰ ਲਈਏ, 117 MLA 'ਚੋਂ ਇੱਕ ਜ਼ੀਰਾ ਹੀ ਸੀ ਜਿਹੜਾ ਨਿਤਰਿਆ ਸੀ, ਜਿਹਨੇ ਕਿਹਾ ਕੈਪਟਨ ਸਾਹਿਬ ਤੁਸੀਂ ਝੂਠ ਬੋਲਿਆ, ਅੱਜ ਸਰਕਾਰ ਉੱਥੇ ਕਾਂਗਰਸ ਦੀ ਬਣੀ ਹੈ, ਔਰ ਰਾਹੁਲ ਗਾਂਧੀ ਜੀ ਤੋਂ ਮੈਨੂੰ ਇੰਨਾ ਵਿਸ਼ਵਾਸ ਹੈ ਕਿ ਜਿਹੜੇ ਉਹਨਾਂ ਨੇ ਅੱਜ ਵਾਅਦੇ ਲੋਕਾਂ ਦੇ ਨਾਲ ਗਰੰਟੀਆਂ ਦਿੱਤੀਆਂ ਨੇ, ਉਹਨਾਂ 'ਤੇ ਪੂਰੇ ਲੈਣਗੇ, ਨਹੀਂ ਤਾਂ ਉਹਨਾਂ ਲੋਕਾਂ ਦੀ ਆਵਾਜ਼ ਬਣ ਕੇ ਜ਼ੀਰਾ ਜਿਹੜਾ ਕਿ ਉਹ ਵਾਅਦੇ ਪੂਰੇ ਕਰਵਾਵੇ। ਇਹ ਸਭ ਲਾਈਮਲਾਈਟ 'ਚ ਰਹਿਣ ਵਾਸਤੇ, ਚਰਚਾ ਦੇ ਵਿੱਚ ਰਹਿਣ ਵਾਸਤੇ ਬਿਆਨ ਤੁਸੀਂ ਬੜੇ ਕਹਿ ਸਕਦੇ ਕਿ ਤੱਤੇ ਜਿਹੇ ਦੇ ਦਿੰਦੇ, ਕਿਹੜੇ ਜਿਹੇ ਬਿਆਨ ਦੇ ਦਿੰਦੇ, ਉਸ ਤੋਂ ਬਾਅਦ ਫਿਰ ਲੱਗਦਾ ਨਹੀਂ ਹੈ ਕਿ ਉਹਦੇ ਉੱਤੇ ਗਾਂਹ ਅੱਗੇ ਗੱਲ ਕਰਦੇ। ਤੁਸੀਂ ਗੱਲ ਕੀਤੀ ਸੀਗੀ ਡੋਪ ਟੈਸਟ ਦੀ ਉਮੀਦਵਾਰਾਂ ਦੀ, ਔਰ ਉਸ ਤੋਂ ਬਾਅਦ 'ਚ ਜੇਕਰ ਇਲੈਕਸ਼ਨ ਕਮਿਸ਼ਨ ਕੋਈ ਉਹਦੇ ਉੱਤੇ ਗੱਲ ਨਹੀਂ ਕਰਦਾ ਤਾਂ ਫਿਰ ਤੁਹਾਡਾ ਕਹਿਣਾ ਸੀਗਾ ਕਿ ਮੈਂ ਮਾਣਯੋਗ ਸੁਪਰੀਮ ਕੋਰਟ ਦਾ ਰੁੱਖ ਕਰੂੰਗਾ, ਹਾਲੇ ਤੱਕ ਕੀਤਾ ਨਹੀਂ ਇਲੈਕਸ਼ਨ ਆ ਗਈਆਂ। ਮੈਂ ਆਪਣੇ ਐਡਵੋਕੇਟ ਨੂੰ ਜਿਹੜੀ ਹਾਈ ਕੋਰਟ ਨੂੰ ਲੈਟਰ ਭੇਜੀ ਸੀ ਉਹਦੀ ਕਾਪੀ ਭੇਜ ਚੁੱਕਾ ਹਾਂ, ਔਰ 1-2 ਦਿਨਾਂ ਦੇ ਤੱਕ ਜਿਹੜੀ ਪਟੀਸ਼ਨ ਤਿਆਰ ਹੋ ਜੂਗੀ, ਔਰ ਪਟੀਸ਼ਨ ਜਿਹੜੀ ਉਹ ਦਾਇਰ ਕਰਾਂਗੇ, ਉਹਦੇ 'ਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿਹੜੀ ਹੈ ਜਿੱਥੇ ਵੀ ਪਾਉਣੀ ਹੈ, ਉਹਦਾ ਕੀ ਫੈਸਲਾ ਹੁੰਦਾ ਉਹ ਅਲੱਗ ਗੱਲ ਆ, ਪਰ ਜਿੰਨਾ ਚਿਰ ਡੋਪ ਟੈਸਟ ਨਹੀਂ ਹੁੰਦਾ ਇਸ ਇਲੈਕਸ਼ਨ 'ਚ ਨਾ, ਉਹ ਅਗਲੇ 'ਚ ਹੋਜੂ, ਮਤਲਬ ਕਿ ਡੋਪ ਟੈਸਟ ਜਿਹੜਾ ਇਲੈਕਸ਼ਨ, ਮਤਲਬ ਅਗਲੇ ਦਾ ਭਾਵ ਤੁਸੀਂ 24 ਤੋਂ ਅਗਲੇ ਦਾ 27 MLA ਦਾ ਹੋ ਜੇ, ਤੁਸੀਂ ਮੇਰੀ ਗੱਲ ਨਹੀਂ ਸਮਝੇ, ਆਹ ਤਾਂ ਨੋਮੀਨੇਸ਼ਨਾਂ ਹੋ ਗਈਆਂ, ਮੈਂ ਜਿਹੜੀ ਹੁਣ ਇੱਕ ਪਟੀਸ਼ਨ ਪਾਉਣ ਲੱਗਾ, ਮੈਂ ਇਹ ਪਟੀਸ਼ਨ ਪਾਉਣ ਲੱਗਾ ਕਿ ਹੈਂ ਇਲੈਕਸ਼ਨ ਕਮਿਸ਼ਨ ਨੇ ਨਹੀਂ ਮੇਰੀ ਸੁਣੀ, ਪਰ ਇਹ ਹੈ ਕਿ ਮੈਂ ਚਾਹੁੰਦਾ ਕਿ ਜਦੋਂ ਉਸ ਰਮਣੀ
ਜਦੋਂ ਤੁਸੀਂ ਸਹੁੰ ਚੱਕ ਸਮਾਗਮ ਹੋਣਾ ਪਾਰਲੀਮੈਂਟ ਮੈਂਬਰਾਂ ਦਾ, ਤੇ ਉਦੋਂ ਉਹਦੇ ਵਿੱਚ ਜਿਹੜੀ ਉਹ ਸਰਾਮਣੀ ਜਿਹੜੀ ਓਥ ਲੈਣੀ, ਉਦੋਂ ਉਹਨਾਂ ਸਾਰਿਆਂ ਦਾ ਡੋਪ ਟੈਸਟ ਹੋਵੇ। ਔਰ ਡੋਪ ਟੈਸਟ ਦੇ ਵਿੱਚ ਜਿਹੜਾ ਲੱਗਦਾ ਹੈ ਆਪਾਂ ਨੂੰ ਕਿ ਇਹ ਬੰਦਾ ਜਿਹੜਾ ਮੈਂਬਰ ਪਾਰਲੀਮੈਂਟ ਇਹ ਨਸ਼ਾ ਕਰਦਾ, ਉਹਨੂੰ ਮੈਂ ਇਹ ਨਹੀਂ ਕਹਿੰਦਾ ਮੈਂਬਰਸ਼ਿਪ ਰੱਦ ਹੋਵੇ, ਕਿਉਂਕਿ ਇਲੈਕਸ਼ਨਾਂ ਤੇ ਬਹੁਤ ਖਰਚਾ ਹੁੰਦਾ। ਮੈਂ ਕਹਿੰਦਾ ਕਿ ਉਹਨੂੰ ਇੱਕ ਵੱਡਾ ਸਾਰਾ ਘਰ ਲੈ ਕੇ, ਜਿਵੇਂ ਬਿਗ ਬੌਸ ਦੇ ਵਿੱਚ ਵੱਡਾ ਘਰ ਹੁੰਦਾ, ਉਹੋ ਜਿਹਾ ਇੱਕ ਘਰ ਲੈ ਕੇ ਉਹਦੇ 'ਚ ਰੱਖਿਆ ਜਾਵੇ, ਵਰਲਡ 'ਚ ਉਹਨੂੰ ਲਾਈਵ ਹੁੰਦਾ ਵਿਖਾਇਆ ਜਾਵੇ, ਤਾਂ ਕਿ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਭੇਜਿਆ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਮੈਂਬਰ ਪਾਰਲੀਮੈਂਟ ਆ ਵਾਕਈ ਉਹ ਨਸ਼ੇੜੀ ਸੀ। ਔਰ ਉਹਦੇ ਨਾਲ ਨਾਲ ਇਹ ਹੈ ਕਿ ਜਦੋਂ ਉਹ ਵਾਕਈ ਬਿਲਕੁਲ ਡਾਕਟਰ ਉਹਨੂੰ ਦੇ ਦੇਣ ਫਿਟਨੈਸ ਸਰਟੀਫਿਕੇਟ, ਉਦੋਂ ਬਾਅਦ 'ਚ ਉਹਨੂੰ ਸਹੁੰ ਚੁਕਾਈ ਜਾਵੇ। ਔਰ ਅਗਲੀ ਵਾਰ ਤੋਂ ਇਹ ਆ ਕਿ ਲੋਕ ਬੜੀ ਸੋਚ ਸਮਝ ਕੇ ਆਪਦਾ ਮਤਦਾਨ ਕਰਿਆ ਕਰਨਗੇ। ਔਰ ਮੈਂ ਤਾਂ ਇਸ ਕਰਕੇ ਕਹਿੰਦਾ, ਮੈਂ ਹੁਣ ਵੀ ਇਹ ਲੀਡਰਾਂ ਨੂੰ ਕਹਿੰਦਾ ਕਿ ਜੇ ਤੁਸੀਂ ਸੱਚੇ ਸੁੱਚੇ ਹੋ, ਅੱਗੇ ਸੁਖਬੀਰ ਸਿੰਘ ਬਾਦਲ ਭੱਜਿਆ ਸੀ ਡੋਪ ਟੈਸਟ ਕਰਾਉਣ ਤੋਂ, ਮੈਂ ਕਰਾ ਲਿਆ, ਹੁਣ ਇਹ ਭੱਜਦੇ ਨੇ। ਮੈਂ ਤੁਸੀਂ ਕਰਾ ਲਿਆ? ਮੈਂ ਉਦੋਂ ਕਰਾਇਆ, ਸੁਖਬੀਰ ਸਿੰਘ ਬਾਦਲ ਨੇ ਜਦੋਂ ਇਹ ਗੱਲ ਕਹੀ ਸੀ ਮੈਂ ਕਰਾ ਲਿਆ ਸੀ, ਮੈਂ ਅੱਜ ਵੀ ਕਰਾਉਣ ਨੂੰ ਤਿਆਰ ਹਾਂ। ਪਰ ਗੱਲ ਇਹ ਆ ਕਿ ਮੈਂ ਕਹਿੰਦਾ ਕਿ ਇਹਨਾਂ ਦੇ ਜਿੰਨੇ ਜਾਣੇ ਖੜੇ ਆ, ਚਾਹੇ ਲਾਲਜੀਤ ਸਿੰਘ ਭੁੱਲਰ ਆ, ਚਾਹੇ ਵਿਰਸਾ ਸਿੰਘ ਵਲਟੋਗਾ, ਚਾਹੇ ਆਪਣਾ ਲਾ ਲਓ ਕਿ BJP ਵਾਲੇ ਆ, ਚਾਹੇ ਸਾਡੇ ਆਜ਼ਾਦ ਉਮੀਦਵਾਰ, ਚਲੋ ਉਹ ਭਾਈ ਸਾਹਿਬ ਤਾਂ ਅੰਦਰ ਨੇ, ਮਾਤਾ ਪਿਤਾ ਦਾ ਸਤਿਕਾਰ ਕਰਦੇ, ਉਹਨਾਂ ਦਾ ਭਰਾ ਤਾਂ ਇੱਥੇ ਆ ਹਰਪ੍ਰੀਤ ਸਿੰਘ, ਉਹਦਾ ਡੋਪ ਟੈਸਟ ਹੋਣਾ ਚਾਹੀਦਾ। ਘੱਟੋ ਘੱਟ ਇਹ ਤਾਂ ਪਤਾ ਲੱਗੇ ਕਿ ਪਰਿਵਾਰ ਦੇ ਵਿੱਚ, ਔਰ ਜਿੰਦਾ ਸਹੀ ਆ ਲੋਕ ਉਹਨਾਂ 'ਚ ਫੈਸਲਾ ਕਰਨਾ ਸੀ ਕਿਹਨੂੰ ਵੋਟ ਦੇਣੀ। ਤੁਸੀਂ ਲੋਕ ਸਭਾ ਖਡੂਰ ਸਾਹਿਬ ਤੇ ਗੱਲ ਕਰ ਰਹੇ ਹੋ ਡੋਪ ਟੈਸਟ ਦੀ ਜਾਂ ਆਲ ਓਵਰ? 543 ਸੀਟਾਂ ਦੇ ਗੱਲ ਕਰ ਰਹੇ ਹਾਂ, ਪਰ ਇੱਥੇ ਆਣ ਕੇ ਤਾਂ ਗੱਲ ਬਣਦੀ ਹੈ ਕਿਉਂਕਿ ਅੱਜ 543 ਸੀਟਾਂ ਨੇ, ਪਰ ਇਹ 43ਵੀਂ ਸੀਟ ਆ 542 ਸੀਟਾਂ ਦੀ, ਔਰ ਪੂਰੇ ਦੇਸ਼ਾਂ ਦੀ ਜਿਹੜੀ ਨਜ਼ਰ ਆ ਉਹ ਇਸ ਸੀਟ 'ਤੇ ਆ। ਇਸ ਕਰਕੇ ਮੈਂ ਗੱਲ ਕਰਦਾ ਕਿ ਸ਼ੁਰੂਆਤ ਜਿਹੜੀ ਉਹ ਆਪਦੇ ਘਰ ਤੋਂ ਕਰਨੀ ਚਾਹੀਦੀ ਹੈ। ਆਪਦੇ ਘਰ ਤੋਂ ਇੱਕ ਵਾਰ ਸ਼ੁਰੂਆਤ ਹੋ ਗਈ ਤੇ ਉਦੋਂ ਬਾਅਦ ਘਰ ਘਰ ਦੇ ਵਿੱਚ ਜਿਹੜੇ ਡਾਕਟਰਸ ਦੇ ਹੋਣੇ ਸ਼ੁਰੂ ਹੋ ਜਾਣਗੇ। ਕੱਲ ਰਾਹੁਲ ਗਾਂਧੀ ਆਏ ਸੀਗੇ ਅੰਮ੍ਰਿਤਸਰ, ਔਰ ਉਸ ਤੋਂ ਬਾਅਦ 'ਚ ਹੁਣ ਭਾਜਪਾ ਦਾ ਬਿਆਨ ਹੈਗਾ ਕਿ ਰਾਹੁਲ ਗਾਂਧੀ ਜਿਹੜੇ ਵੀ ਸਟੇਟ 'ਚ ਜਾਂਦੇ ਨੇ ਉੱਥੇ ਭਾਜਪਾ ਜਿੱਤਦੀ ਹੈਗੀ। ਗੱਲ ਇਹ ਆ ਕਿ ਇਹ ਤਾਂ ਇਹਨਾਂ ਦੀਆਂ ਅਮਿਤ ਸ਼ਾਹ ਜੀ ਦੀਆਂ ਗੱਲਾਂ ਨੇ, ਔਰ ਮੈਂ ਕਹਿੰਦਾ ਜਿੰਨੀ ਮਿਹਨਤ ਰਾਹੁਲ ਗਾਂਧੀ ਜੀ ਕਰਦੇ ਨੇ, ਔਰ ਜਦੋਂ ਤੋਂ ਉਹਨਾਂ ਨੇ ਯਾਤਰਾ ਕੱਢੀ, ਠੀਕ ਹੈ, ਭਾਰਤ ਜੋੜੋ, ਉਦੋਂ ਤੋਂ ਲੈ ਕੇ ਜਿਹੜੇ ਕਾਂਗਰਸ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਲੋਕ ਧੜਾ-ਧੜ ਉਹਨਾਂ ਨਾਲ ਜੁੜ ਰਹੇ ਨੇ, ਔਰ ਤੁਸੀਂ ਵੇਖਿਓ ਕਿ ਇੱਥੇ ਰਿਜ਼ਲਟ ਜਿਹੜੇ ਉਹ ਚੱਗੇ ਆਉਣਗੇ। ਜਿਵੇਂ ਪਹਿਲਾਂ ਸਰਵੇ ਜਿਹੜੇ ਸੀਗੇ ਉਹ ਦੱਸਦੇ ਸੀ 7 ਸੀਟਾਂ, ਅੱਜ ਹੁਣ ਜਦੋਂ ਤੋਂ ਉਹ ਆਏ ਨੇ 10 ਸੀਟਾਂ ਦੀ ਜਿਹੜੀ ਆਵਾਜ਼ ਉਹ ਆਉਣ ਲੱਗ ਪਈ। ਕੀ ਲੱਗਦਾ ਹੈਗਾ ਭਾਜਪਾ ਦਾ ਇੱਕ ਹੋਰ ਬਿਆਨ ਹੈਗਾ, ਕਹਿੰਦੇ ਕਿ 2027 ਦੇ ਵਿੱਚ ਪੰਜਾਬ ਦੀ ਸੱਤਾ ਦੇ ਵਿੱਚ ਭਾਜਪਾ ਹੋਊਗੀ, ਔਰ ਇਸ ਦੇ ਨਾਲ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਹੈਗਾ ਕਿ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਰਵਨੀਤ ਬਿੱਟੂ ਜਿਹੜੇ ਹੈਗੇ ਨੇ ਲੁਧਿਆਣਾ ਤੋਂ ਕੈਂਡੀਡੇਟ ਭਾਜਪਾ ਦੇ, ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਸੀਗੇ ਕਿ ਉਹਨਾਂ ਨੂੰ ਕਦੀ ਵੀ ਬਖਸ਼ਾਂਗੇ। ਗੱਲ ਇਹ ਹੈ ਕਿ ਰਵਨੀਤ ਬਿੱਟੂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਆ, ਪਰ ਰਵਨੀਤ ਬਿੱਟੂ ਅੱਜ ਉੱਥੇ 3ਜੇ ਨੰਬਰ ਤੇ ਜਾ ਰਿਹਾ, ਅੱਜ ਇਹ ਕਹਿ ਰਹੇ ਬੰਦੀ ਸਿੰਘ ਨਹੀਂ ਛੱਡਾਂਗੇ। ਮੈਂ ਇਸ ਗੱਲ ਦਾ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸਰਕਾਰ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੀ ਆਉਣੀ, ਔਰ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਜਿਹੜੇ ਬੰਦੀ ਸਿੰਘ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਮੈਂ ਉਹਨਾਂ ਲੋਕਾਂ ਦਾ ਜਿਹੜਾ ਉਹਨਾਂ ਨੂੰ ਇਨਸਾਫ਼ ਦਿਵਾਉਣ ਲਈ ਉਹਨਾਂ ਦੀ ਆਵਾਜ਼ ਬਣ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਜਿਹੜੀ ਉਹ ਗੱਲ ਰੱਖਾਂਗਾ। ਔਰ NSA ਦੀ ਤਾਂ ਮੈਂ ਪਹਿਲੇ ਦਿਨੋਂ ਗੱਲ ਕਰ ਰਿਹਾ, ਭਾਈ ਅੰਮ੍ਰਿਤਪਾਲ ਜੀ ਤਾਂ ਅੱਜ ਲੜ ਰਹੇ ਨੇ ਇਲੈਕਸ਼ਨ, ਇਹ ਤਾਂ ਪਹਿਲੇ ਦਿਨੋਂ ਜਦੋਂ ਲਾਈ ਸੀ ਮੈਂ ਉਦੋਂ ਵੀ ਇਹ ਗੱਲ ਕਹੀ ਸੀ। ਮੈਂ ਕਿਹਾ ਜਿਹੜੇ ਅੰਗਰੇਜ਼ ਲੋਕ ਸੀ ਉਹ ਜੇ ਕੋਈ ਆਵਾਜ਼ ਚੱਕਦਾ ਸੀ ਉਹਨੂੰ ਕਾਲੇ ਪਾਣੀ ਦੀ ਜੇਲ੍ਹ ਭੇਜਦੇ ਸੀ, ਔਰ ਇਹਨਾਂ ਨੇ ਜਿਹੜੀ ਨੌਜਵਾਨਾਂ 'ਤੇ NSA ਲਾਈ ਹੈ, ਮੈਂ ਇਸ ਗੱਲ ਦਾ ਜਿਹੜਾ ਵਿਰੋਧ ਕਰਦਾ। ਔਰ ਮੈਂ ਇਸ ਗੱਲ ਦਾ ਵਿਸ਼ਵਾਸ ਵੀ ਦਿਉਂਦਾ ਕਿ ਜੇ ਭਾਈ ਅੰਮ੍ਰਿਤਪਾਲ ਜੀ ਦਾ ਤਾਂ ਸਿਰਫ ਇੱਕ ਏਜੰਡਾ ਹੈ ਕਿ ਮੈਂ ਇਕੱਲਾ ਬਾਹਰ ਆਵਾਂ ਭਾਈ ਸਾਹਿਬ ਦਾ, ਤੇ ਬਾਕੀ ਅੰਦਰ ਰਹਿ ਜਾਣ। ਤੁਸੀਂ ਕਿੱਦਾਂ ਦਾਅਵਾ ਕਰ ਰਹੇ ਹੋ ਕਿ ਉਹਨਾਂ ਦਾ ਇਕੱਲਿਆਂ ਦਾ ਏਜੰਡਾ ਹੈ? ਉਹਨਾਂ ਦਾ ਹੋਰ ਏਜੰਡਾ ਦੱਸ ਦਿਓ ਕੀ।
ਕੋਈ ਉਹਨਾਂ ਦਾ ਏਜੰਡਾ ਸੁਣਿਆ। ਮੇਰਾ ਤਾਂ ਏਜੰਡਾ ਹੈ ਕਿ ਮੈਂ ਖਾਲੜੇ ਵਾਲਾ ਬਾਰਡਰ ਖਿਲਾਉਣਾ, ਮੇਰਾ ਏਜੰਡਾ ਇਹ ਹੈ ਕਿ ਮੈਂ ਨਸ਼ਾ ਖਤਮ ਕਰਾਉਣਾ, ਮੇਰਾ ਏਜੰਡਾ ਇਹ ਹੈ ਕਿ ਪਵਿੱਤਰ ਜਿਹੜੀ ਸੀਟ ਹੈ ਇਹਨੂੰ ਹੈਰੀਟੇਜ ਦਾ ਦਰਜਾ ਦਵਾਉਣਾ, ਮੇਰਾ ਏਜੰਡਾ ਇਹ ਹੈ ਕਿ ਦਰਿਆ ਅਤੇ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦਾ ਮਾਲਕਾਨਾ ਹੱਕ ਦਵਾਉਣਾ, ਮੇਰਾ ਏਜੰਡਾ ਇਹ ਹੈ ਕਿ ਜਿਹੜੇ ਦਰਿਆ ਜਿਹੜਾ ਹਮੇਸ਼ਾ ਬੰਨ ਟੁੱਟਦੇ ਆ ਉਹਨਾਂ ਬੰਨਾਂ ਨੂੰ ਪੱਕੇ ਕਰਾਉਣਾ, ਉਹਨਾਂ 'ਤੇ ਰੋਡ ਬਣਾਉਣੀ, ਉਹਨਾਂ 'ਚ ਨਹਿਰੀਕਰਨ ਕਰਨਾ। ਮੇਰੇ ਤਾਂ ਏਜੰਡੇ ਬਹੁਤ ਜ਼ਿਆਦਾ। ਜਦੋਂ ਫਿਰ ਕਾਂਗਰਸ ਦੀ ਸਰਕਾਰ ਸੀਗੀ ਪੰਜਾਬ ਦੇ ਵਿੱਚ, ਇਹ ਕੰਮ ਉਦੋਂ ਵੀ ਹੋ ਸਕਦੇ ਸੀ? ਐਮ ਪੀ ਇਹ ਫੰਡ ਦੇ ਜੇਕਰ ਤੁਸੀਂ ਗੱਲ ਕਰਦੇ ਹੋ ਕਿ ਮੈਂ ਜਿੱਤਾਂਗਾ ਤਾਂ ਮੈਂ ਉੱਧਰ ਜਾਊਂਗਾ, ਲੇਕਿਨ ਜਦੋਂ ਫੁੱਲ ਫਲੈਸ਼ ਤੁਸੀਂ ਪੰਜਾਬ 'ਚ ਬੈਠੇ ਗਏ ਤੁਸੀਂ ਉਦੋਂ ਕਿਉਂ ਨਹੀਂ ਕੀਤਾ ਦਰਿਆ ਦੇ ਕੰਮ? ਬਿਲਕੁਲ ਕੀਤਾ, ਆ ਜੀਰੇ ਵਿਖਾਵਾਂ 24 ਕਿਲੋ, ਬਾਕੀ ਵੀ ਲੰਬਾ ਦਾਇਰਾ ਯਾਰ, ਬਾਕੀ ਤੇ ਮੇਰਾ ਨਹੀਂ। ਮੈਂ ਜੀਰਾ 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 MLA ਸੀ, ਜੀਰਾ ਜੀਰੇ ਦੀ ਜ਼ਿੰਮੇਵਾਰੀ ਚੁੱਕ ਸਕਦਾ ਪ੍ਰੋਪਰ ਕਾਂਗਰਸ ਗਵਰਨਮੈਂਟ ਦੀ ਗੱਲ। ਅੱਜ ਵੀ ਮੈਂ ਖਡੂਰ ਸਾਹਿਬ ਦੀ ਗੱਲ ਕਰਦਾ, ਜੇ ਤੁਸੀਂ ਕਹੋ ਕਿ ਅੱਜ ਜਿੱਥੋਂ ਦਰਿਆ ਸ਼ੁਰੂ ਹੁੰਦਾ ਉੱਥੋਂ ਖਤਮ ਹੋਵੇ, ਅੱਜ ਵੀ ਆਪਦੇ ਜਿਹੜੇ ਆ ਆਪਦੀ ਗੱਲ ਕਰਦਾ, ਔਰ ਉਦੋਂ ਵੀ ਕਿਉਂਕਿ ਹਮੇਸ਼ਾ ਆਪਦੀ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਕਈ MLA ਨੇ ਜਿਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਕੰਮ ਕਰਾਉਣੇ ਆਉਂਦੇ, ਮੈਨੂੰ ਕੰਮ ਕਰਾਉਣੇ ਆਉਂਦੇ ਆ, ਤੁਸੀਂ ਚਲੋ ਅੱਗੇ ਹਮੇਸ਼ਾ ਜੀਰੇ ਤੋਂ ਜਿਹੜਾ ਸੀਗਾ ਮਖੂ ਏਰੀਏ ਤੋਂ ਜਿਹੜਾ ਦਰਿਆ ਸੀਗਾ ਉੱਥੋਂ ਟੁੱਟਦਾ ਸੀ, 24 ਕਿਲੋਮੀਟਰ ਦੀ ਰੋਡ ਬੰਨ ਕਰਕੇ ਸਾਡਾ ਬਚਾ ਰਿਹਾ ਅਤੇ ਦੂਜੇ ਬੰਨੇ ਟੁੱਟ ਗਿਆ। ਇਸ ਕਰਕੇ ਮੈਂ ਗੱਲ ਜਿਹੜੀ ਕਰਦਾ, ਮੈਂ ਆਪਦੀ ਜ਼ਿੰਮੇਵਾਰੀ ਚੁੱਕਦਾ ਕਿ ਮੈਂ ਆਹ ਕਰ ਸਕਦਾ। ਹੁਣ ਮੈਂ ਹਾਂ ਇਹ ਜ਼ਰੂਰ ਕਹਿ ਸਕਦਾ ਕਿ ਜਿਹੜੇ ਮੈਂਬਰ ਪਾਰਲੀਮੈਂਟ ਬਣ ਕੇ ਜਾਣਗੇ, ਚਾਹੇ ਪੰਜਾਬ ਦੇ ਆ ਚਾਹੇ ਬਾਕੀ ਸਟੇਟਾਂ ਦੇ ਹੋਣਗੇ, ਕਿਉਂਕਿ ਕਾਂਗਰਸ ਜਿਹੜੀ ਆ ਉਹ ਪੂਰੇ ਇੰਡੀਆ ਦੇ ਵਿੱਚ ਆ, ਔਰ ਜਿਹੜੇ ਜਿਹੜੇ ਜਾਣਗੇ ਉਹਨਾਂ ਨੂੰ ਵੀ ਇਸ ਗੱਲ ਲਈ ਆਪਦੇ ਨਾਲ ਲੈ ਕੇ ਮੈਂ ਉੱਥੇ ਹਾਂ ਦਾ ਹੰਗਾਰਾ ਜਿਹੜਾ ਹਾਂ ਦਾ ਦਾਵਾ ਜਿਹੜਾ ਕਰ ਸਕਦਾ ਕਿ ਭਾਈ ਆਪਾਂ ਇਹ ਕੰਮ ਕਰਵਾਉਣੇ ਆ। ਔਰ ਰਾਹੁਲ ਗਾਂਧੀ ਜੀ ਨੇ ਪ੍ਰਧਾਨ ਮੰਤਰੀ ਬਣਾ, ਸਾਨੂੰ ਪਤਾ ਕਿ ਉਹ ਜਵਾਬ ਨਹੀਂ ਦੇਣਗੇ, ਔਰ ਇਹਨਾਂ ਮੁਸ਼ਕਲਾਂ ਦਾ ਜਿਹੜਾ ਉਹ ਹੱਲ ਜਿਹੜਾ ਉਹ ਮੈਂ ਕਰਾ ਕੇ ਲਿਆਵਾਂ। ਮਜੀਠੀਆ ਸਾਹਿਬ ਕਹਿੰਦੇ ਕਿ ਰਾਹੁਲ ਗਾਂਧੀ ਜੀ ਆਪ ਨੂੰ ਵੋਟ ਪਾ ਕੇ, ਜਿਹੜੇ ਮਜੀਠੀਆ ਸਾਹਿਬ ਆ, ਮੈਂ ਮਜੀਠੀਆ ਸਾਹਿਬ ਨੂੰ ਇੱਕ ਸਲਾਹ ਦੇਣਾ ਕਿ ਤੁਹਾਡੇ ਮਾੜੇ ਦਿਨ ਚੱਲ ਪਏ, ਤੁਸੀਂ ਯਾਤਰਾ ਕੱਢਦੇ ਪਏ ਸੀ ਪੰਜਾਬ ਬਚਾਓ, ਪਰ ਹੁਣ ਲੋੜ ਪੈ ਗਈ ਪਰਿਵਾਰ ਬਚਾਓ। ਔਰ ਤੁਸੀਂ ਇਹ ਗੱਲ ਕਹਿੰਦੇ ਸੀ ਕਿ ਢੀਂਡਸਾ ਸਾਹਿਬ ਉਹਨਾਂ ਨੇ ਮਾਨ ਸਾਹਿਬ ਨੂੰ ਸਮਰਥਨ ਦਿੱਤਾ, ਠੀਕ ਹੈ, ਉੱਧਰੋਂ ਇਹਨਾਂ ਦੇ ਭਾਈਆ ਜੀ ਅਤੇ ਭੈਣ ਜੀ ਉਹ ਅੱਜ ਘਰੇ ਬੈਠੇ ਨੇ, ਠੀਕ ਹੈ, ਕਿਉਂਕਿ ਕੈਰੋ ਪਰਿਵਾਰ ਦਾ ਕਿਤੇ ਨਾਂ ਚੱਲਦਾ ਸੀ, ਔਰ ਜੇ ਕੈਰੋ ਪਰਿਵਾਰ ਨੂੰ ਇਹ ਨਾਲ ਨਹੀਂ ਰੱਖ ਸਕੇਗੇ, ਹੋਰ ਇਹ ਕਿਹਨੂੰ ਰੱਖਣਗੇ? ਇਸ ਕਰਕੇ ਮੈਂ ਸਲਾਹ ਦੇਣੀ ਚਾਹੁੰਦਾ ਕਿ ਇਸ ਤੋਂ ਬਾਅਦ ਮਜੀਠੀਆ ਸਾਹਿਬ ਤੁਹਾਡੀ ਵਾਰੀ ਹੈ, ਅਤੇ ਤੁਸੀਂ ਵੇਖੋ ਕਿਹੜੀ ਪਾਰਟੀ 'ਚ ਜਾਣਾ, ਅਤੇ ਔਰ BJP ਨਾਲ ਹੀ ਤੁਸੀਂ ਗਾਂਢ ਸਾਂਢ ਕਰਕੇ ਬਾਹਰ ਆਏ ਹੋ ਜੇਲ੍ਹ 'ਚੋਂ। ਜੀਰਾ ਸਾਹਿਬ ਇੱਕ ਹੋਰ ਲਾਸਟ ਸਵਾਲ ਜਿਹਨੂੰ ਕਹਿ ਦਈਏ ਆਪਾਂ, ਕਿ ਹੁਣ ਕਹਿ ਸਕਦੇ ਹਾਂ ਕਿ ਸ਼ੁਰੂਆਤ ਦੇ ਵਿੱਚ ਕੁਛ ਹੋਰ ਸਮੀਕਰਨ ਹੁੰਦੇ ਆ, ਹੁਣ ਲੋਕਾਂ 'ਚ ਤਕਰੀਬਨ ਕਈ ਲੋਕ ਕਈ ਉਦੋਂ ਕਮੈਂਟ ਆਉਂਦੇ ਸੀਗੇ ਵਿਰੋਧੀਆਂ ਦੇ ਕਿ ਪਿੰਡਾਂ ਦਾ ਨਹੀਂ ਪਤਾ ਜਾਂ ਇੱਦਾਂ ਦਾ ਕੁਛ, ਹੁਣ ਵਿਚਰ ਰਹੇ ਹੋ ਸਾਰੇ ਹਲਕਿਆਂ ਦੇ ਵਿੱਚ ਵਿਚਰੇ ਹੋਏ ਹੋ, ਔਰ ਰੋਡ ਸ਼ੋਅ ਵੀ ਜਿਹੜੇ ਹੈਗੇ ਉਹ ਵੀ ਕਰ ਰਹੇ ਹੋ, ਕੀ ਲੱਗਦਾ ਹੈਗਾ ਕਿਹਦੇ ਨਾਲ ਟੱਕਰ ਜਾਂ ਕਿਹਦੇ ਨਾਲ ਮੁਕਾਬਲਾ ਦੇਣ 'ਚ ਆ ਰਹੇ ਹੈਗੇ ਵੋਟਿੰਗ ਨੂੰ, ਔਰ ਕਿਸ ਤਰ੍ਹਾਂ ਦੀ ਲੀਡ ਦੇ ਨਾਲ, ਜਿੱਦਾਂ ਕਿਉਂਕਿ ਹੁਣ ਪਰਸੋਂ CM ਸਾਹਿਬ ਦਾ ਵੀ ਰੋਡ ਸ਼ੋਅ ਸੀਗਾ, ਭਗਵੰਤ ਮਾਨ ਸਾਹਿਬ ਦਾ ਰੋਡ ਸ਼ੋਅ ਜਿਹੜਾ ਜੰਡਿਆਲੇ ਦੇ ਵਿੱਚ ਜਾਂ ਉੱਥੇ ਬਾਬਕਾਲੇ ਦੇ ਵਿੱਚ ਵੱਖ ਵੱਖ ਜਗ੍ਹਾ ਹਲਕਿਆਂ 'ਚ ਕੀਤਾ ਗਿਆ, 50,000 ਦੀ ਲੀਡ ਦਾ ਤਕਰੀਬਨ ਸਾਰੇ ਬੰਨੇ ਆਵਾਜ਼ ਉਹ ਦਿੰਦੇ, ਤੁਸੀਂ ਕੀ ਸਮਝਦੇ ਹੋ ਟੱਕਰ ਕਿਹਦੇ ਨਾਲ ਹੈ, ਜਾਂ ਫਿਰ ਕਿਸ ਏਰੀਏ ਤੋਂ ਉੱਤੋਂ ਕਿਸ ਤਰ੍ਹਾਂ ਦੀ ਲੀਡ ਨੂੰ ਤੁਸੀਂ ਦੇਖ ਕੇ ਚੱਲਦੇ ਹੋ? ਗੱਲ ਇਹ ਆ ਕਿ ਮੈਨੂੰ ਤਾਂ ਅਜੇ ਤੱਕ ਕੋਈ ਮੈਦਾਨ ਦੇ ਵਿੱਚ ਉਤਰਿਆ ਵੇਖਿਆ ਨਹੀਂ। ਹਾਂ ਇਹ ਜ਼ਰੂਰ ਆ ਕਿ ਭਗਵੰਤ ਮਾਨ ਜੀ ਦੇ ਰੋਡ ਸ਼ੋਅ 'ਚ ਮੈਂ ਇਹ ਸੁਣਿਆ ਕਿ MLA ਨੂੰ ਧੱਕੇ ਮਾਰ ਕੇ ਗੱਡੀ 'ਚੋਂ ਲਾਹ ਦਿੱਤਾ ਗਿਆ। ਹਾਂ ਇਹ ਜ਼ਰੂਰ ਸੁਣਿਆ ਕਿ ਜਿਹੜੇ MLA ਦੀ ਗੱਲ ਤਰਨ ਤਾਰਨ ਸਾਹਿਬ ਵਾਲੇ ਦੀ, ਸੋਹਲ ਸਾਹਿਬ ਦੀ, ਉਹਨਾਂ ਦੀ ਵੀਡੀਓ ਵੀ ਇੱਕ ਮੇਰੇ ਕੋਲ ਆਈ, ਔਰ ਇੱਕ ਕੱਲ੍ਹ ਦੀ ਵੀਡੀਓ ਆਈ ਹੈ ਧੁੰਨ ਸਾਹਿਬ ਦੀ, ਉਹ ਹੱਥ ਮਿਲਾਉਣ ਲੱਗਿਆ ਭਗਵੰਤ ਮਾਨ ਜੀ ਹੱਥ ਹੀ ਨਹੀਂ ਮਿਲਾਉਂਦੇ ਪਏ। ਇੱਕ ਦਿਨ ਧੁੰਨ ਸਾਹਿਬ ਤੇ ਜੀਰੇ ਵਾਲੇ MLA ਨੂੰ ਇੱਕ ਹੌਲਦਾਰ ਨੇ ਰੋਕ ਲਿਆ, ਉਹਨੇ ਅੰਦਰ ਨਹੀਂ ਜਾਣ ਦਿੱਤਾ, ਔਰ ਗੱਲ ਹੈ ਜਿੱਥੇ MLA ਦੇ ਹਾਲਾਤ ਹੋਣ ਉੱਥੇ ਲੋਕਾਂ ਦੀ ਕੀ ਸੁਣਵਾਈ ਹੋਗੀ। ਔਰ ਮੈਂ ਇਹ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਮੁਕਾਬਲਾ ਮੈਨੂੰ ਅਜੇ ਕਿਸੇ ਨਾਲ ਨਹੀਂ ਲੱਗਦਾ, ਔਰ ਗੁਰੂ ਸਾਹਿਬ ਦੀ ਬੜੀ ਅਪਾਰ ਕਿਰਪਾ, ਔਰ ਵਧੀਆ ਸ਼ਾਨੋ ਸ਼ੌਕਤ ਨਾਲ ਸਾਡੀ ਜਿਹੜੀ ਉਹ ਜਿੱਤ ਹੋਊਗੀ, ਔਰ ਲੋਕਾਂ ਨਾਲ ਜਿੰਨੇ ਵਾਅਦੇ ਕੀਤੇ ਆ ਉਹਨਾਂ ਸਾਰਿਆਂ ਦਾ ਮੈਂ ਜਿਹੜਾ ਪੂਰੇ ਉਤਰਾਂਗਾ। 2 ਦਿਨ 'ਚ ਫਿਰ ਰੁਕ ਕਰ ਰਹੇ ਹੋ ਹਾਈਕੋਰਟ ਜਾਂ ਮਾਨਯੋਗ ਸੁਪਰੀਮ? ਬਿਲਕੁਲ ਕਰ ਰਿਹਾ ਮੈਂ, ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਇਲਾਕੇ ਦਾ ਨਹੀਂ ਪਤਾ, ਮੈਂ ਉਹ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜੇ
ਮੇਰੇ ਜਿਹੜੇ ਵਿਰੋਧੀ ਨੇ ਉਹ ਗੱਲਾਂ ਕਰਦੇ ਆ। ਇਹਨਾਂ ਵਿਰੋਧੀਆਂ ਨੂੰ ਇਹ ਨਹੀਂ ਪਤਾ ਗਿਆ ਕਿ ਜੀਰਾ ਇਦੂ ਪਹਿਲਾਂ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਪ੍ਰਧਾਨ ਵੀ ਰਿਹਾ ਔਰ 9 ਦੇ 9 ਹਲਕਿਆਂ 'ਚ ਮੈਂ ਜਿੱਤ ਪ੍ਰਾਪਤ ਉਦੋਂ ਵੀ ਕੀਤੀ ਸੀਗੀ। ਉਸ ਤੋਂ ਬਾਅਦ 'ਚ ਮੈਂ ਪੰਜਾਬ ਦਾ ਇਲੈਕਸ਼ਨ ਲੜਿਆ, ਪੰਜਾਬ ਦੇ ਕੋਨੇ ਕੋਨੇ ਦਾ ਮੈਨੂੰ ਪਤਾ। ਔਰ ਉਸ ਤੋਂ ਬਾਅਦ ਦੇ ਵਿੱਚ ਗੱਲ ਇਹ ਹੈ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਫੇਸਬੁੱਕ ਚੈੱਕ ਕਰ ਲਓ, ਇਹ ਕਦੀ ਆਪਦੇ ਪਿੰਡ ਤੋਂ ਬਾਹਰ ਨਹੀਂ ਗਿਆ। ਅਤੇ ਮੈਂ ਜਿੱਥੇ ਕੋਈ ਦੁੱਖ ਸੁੱਖ ਹੁੰਦਾ ਮੈਂ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਜਾਂਦਾ। ਅੱਜ ਜੀਰਾ ਜੀਰਾ ਵੀ ਤਾਂ ਹੀ ਹੁੰਦੀ ਪਈ ਹੈ ਬਈ ਜੇ ਅਗਲੇ ਦੇ ਦੁੱਖ ਸੁੱਖ ਦੇ ਵਿੱਚ ਅਗਲੇ ਨਾਲ ਤੁਸੀਂ ਮਿਲਦੇ ਵਰਤਦੇ। ਇਸ ਕਰਕੇ ਇਹ ਹੈ ਕਿ ਇਹਨਾਂ ਦੇ ਮਨ ਦੇ ਜਿਹੜੇ ਵਹਿਮ ਆ ਉਹ 1 ਤਰੀਕ ਨੂੰ ਜਦੋਂ ਲੋਕ ਵੋਟਾਂ ਪਾਉਣਗੇ ਅਤੇ 4 ਤਰੀਕ ਨੂੰ ਇਹਨਾਂ ਦੇ ਵਹਿਮ ਨਿਕਲ ਜਾਣਗੇ।